ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਹੁਣ ਤੱਕ ਲੁਧਿਆਣਾ ਤੋਂ ਕੋਰੋਨਾ ਵਾਇਰਸ ਦੇ 93 ਨਮੂਨੇ ਲਏ ਜਾ ਚੁੱਕੇ ਹਨ, ਜਿਨ੍ਹਾਂ ਚੋਂ 66 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਦੀ ਸੈਨਿਤੀ ਰਾਜਧਾਨੀ ਤੋਂ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰਾਂ ਵੱਲੋਂ ਪੈਦਲ ਹੀ ਆਪਣੇ ਪਰਿਵਾਰਾਂ ਸਮੇਤ ਘਰਾਂ ਨੂੰ ਜਾਣ ਦੇ ਰੁਝਾਨ ਤੋਂ ਰੋਕਣ ਲਈ ਲੁਧਿਆਣਾ ਦੇ ਕਾਰਖਾਨੇ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ। ਜ਼ਿਲ੍ਹਾ ਲੁਧਿਆਣੇ ਦੇ ਵਿੱਚ ਹਾਲੇ ਤੱਕ ਇਨ ਟੋਟਲ ਅਸੀਂ 93 ਸੈਂਪਲ ਜਿਹੜੇ ਹੈਗੇ ਉਹ ਕਲੈਕਟ ਕੀਤੇ ਨੇ, ਜਿਹੜੇ ਕਿ ਸਸਪੈਕਟਡ ਬੰਦੇ ਸੀਗੇ ਉਹਦੇ ਵਿੱਚੋਂ 66 ਜਿਹੜੇ ਸੈਂਪਲਸ ਹੈਗੇ ਉਹਨਾਂ ਦੀ ਰਿਪੋਰਟ ਨੈਗੇਟਿਵ ਆਈ ਹੈ। 2 ਸੈਂਪਲਸ ਜਿਹੜੇ ਸੀਗੇ ਉਹ ਹਾਲੇ ਤੱਕ ਪੋਜ਼ਿਟਿਵ ਆਏ ਨੇ, ਜਿਨ੍ਹਾਂ ਵਿੱਚੋਂ ਇੱਕ ਸੈਂਪਲ ਜਿਹੜਾ ਸੀਗਾ ਉਹ ਇੱਕ ਪੇਸ਼ੈਂਟ ਜਿਹੜਾ ਸੀਗਾ ਉਹ ਲੁਧਿਆਣੇ ਦਾ ਹੈਗਾ ਔਰ ਇੱਕ ਪੇਸ਼ੈਂਟ ਜਿਹੜਾ ਹੈਗਾ ਜਲੰਧਰ ਦਾ ਹੈਗਾ। ਇਹ ਜਲੰਧਰ ਵਾਲੇ ਜਿਹੜੇ ਪੇਸ਼ੈਂਟ ਦਾ ਇਲਾਜ ਕਰ ਰਹੇ ਸੀਗੇ ਔਰ ਉਹਨਾਂ ਦੇ ਨਾਲ ਜੋ ਸੰਬੰਧਿਤ ਨਰਸ ਜਾਂ ਜੋ ਵੀ ਬੰਦੇ ਸੀਗੇ ਉਹਨਾਂ ਦੇ ਵੀ ਸੈਂਪਲ ਜਿਹੜੇ ਸੀ ਕੱਲ ਅਸੀਂ ਕਲੈਕਟ ਕੀਤੇ ਸੀ ਔਰ ਉਹਨਾਂ ਦੀ ਸੈਂਪਲਿੰਗ ਕਰਕੇ ਟੈਸਟਿੰਗ ਵਾਸਤੇ ਭੇਜਿਆ ਹੋਇਆ। ਇਨ ਟੋਟਲ 25 ਪੈਂਡਿੰਗ ਸੈਂਪਲਸ ਹੈਗੇ ਸਾਡੇ, ਜਿਨ੍ਹਾਂ ਦੀ ਰਿਪੋਰਟ ਆਉਣੀ ਵਾਲੀ ਹਾਲੇ ਬਾਕੀ ਹੈ। ਤਾਂ ਇਨ ਟੋਟਲ 93 ਵਿੱਚੋਂ 66 ਨੈਗੇਟਿਵ ਨੇ, 2 ਪੋਜ਼ਿਟਿਵ ਨੇ ਇਨਕਲੂਡਿੰਗ 1 ਆਫ ਜਲੰਧਰ ਐਂਡ 25 ਸੈਂਪਲਸ ਦੀ ਰਿਪੋਰਟ ਆਉਣ ਵਾਲੀ ਅਭੀ ਬਾਕੀ ਹੈਗੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਫਿਊ ਨੂੰ ਸਖਤੀ ਨਾਲ ਲਗਾਉਣ ਇਨਫੋਰਸ ਕਰਨ ਵਾਸਤੇ ਇੰਪਲੀਮੈਂਟ ਕਰਨ ਦੇ ਵਾਸਤੇ 4 ਓਪਨ ਜੇਲ੍ਹ ਵੀ ਜਿਹੜੀਆਂ ਹੈਗੀਆਂ ਉਹ ਕੋਨਸਟੀਟਿਊਟ ਕੀਤੀਆਂ ਹੈਗੀਆਂ, ਜਿੱਥੇ ਕਿ ਜੇ ਲੋਡ ਪੈਂਦੀ ਹੈ ਤਾਂ ਪੁਲਿਸ ਵੱਲੋਂ ਉਹਨਾਂ ਦੀ ਵਰਤੋਂ ਜਿਹੜੀ ਹੈਗੀ ਕੀਤੀ ਜਾ ਸਕੇ। ਕੁਛ ਅੱਜ ਇਨਫੋਰਸਮੈਂਟ ਕਰਦੇ ਹੋਏ ਕੁਛ ਬੰਦਿਆਂ ਨੂੰ ਅਸੀਂ ਕਰਫਿਊ ਦੀ ਜਿਹੜੀ ਵਾਇਲੇਸ਼ਨ ਕਰ ਰਹੇ ਸੀ ਉਹਨਾਂ ਨੂੰ ਫੜਿਆ ਵੀ ਹੈਗਾ, ਜਿਹੜਾ ਡੇਟਾ ਹੈਗਾ ਉਹ ਬਾਅਦ ਦੇ ਵਿੱਚ ਸ਼ੇਅਰ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਕੱਲ ਇੱਕ ਆਰਡਰ ਅਸੀਂ ਕੱਢਿਆ ਸੀਗਾ ਕਿ ਰੇਹੜੀਆਂ ਜਿਹੜੀਆਂ ਹੈਗੀਆਂ ਉਹਨਾਂ ਵੱਲੋਂ ਰੇਟਸ ਜਿਹੜੇ ਹੈਗੇ ਉਹ ਡਿਸਪਲੇ ਕੀਤੇ ਜਾਣਗੇ, ਤਾਂ ਅੱਜ ਉਸ ਵਾਇਲੇਸ਼ਨ ਦੇ ਵਾਸਤੇ ਵੀ ਅਸੀਂ ਇੰਪਲੀਮੈਂਟ ਚੈੱਕ ਕਰਨਾ ਚਾਲੂ ਕੀਤਾ ਹੈਗਾ। ਕੁਛ ਇੱਕ ਰੇਹੜੀਆਂ ਜਿਹੜੀਆਂ ਹੈਗੀਆਂ ਉਹ ਦਿਨ 'ਚ ਫੜੀਆਂ ਵੀ ਸੀਗੀਆਂ, ਉਹਨਾਂ ਦੇ ਖਿਲਾਫ਼ ਕਾਰਵਾਈ ਵੀ ਕੀਤੀ ਜਾ ਰਹੀ, ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਜਾ ਰਹੀ ਹੈ। ਨੰਬਰ ਜਿਹੜੇ ਹੈਗੇ ਉਹ ਸ਼ਾਮ ਨੂੰ ਅਸੀਂ ਕੰਪਾਇਲ ਕਰਕੇ ਮੀਡੀਆ ਦੇ ਨਾਲ ਸਾਂਝੇ ਕਰ ਲਵਾਂਗੇ। ਇੱਕ 30 ਅਤੇ 31 ਤਰੀਕ ਨੂੰ ਸਾਰੇ ਬੈਂਕਸ ਜਿਹੜੇ ਹੈਗੇ ਉਹਨਾਂ ਨੂੰ ਖੋਲ੍ਹਣ ਦੇ ਸਰਕਾਰ ਵੱਲੋਂ ਹੁਕਮ ਹੋਏ ਨੇ, ਤਾਂ ਸਾਰੇ ਬੈਂਕਸ ਮੁਲਾਜ਼ਮ ਜਿਹੜੇ ਹੈਗੇ ਉਹ ਆਪਣੇ ਆਈਡੀ ਕਾਰਡ ਦੇ ਨਾਲ ਬੈਂਕਾਂ ਤੱਕ ਜਾ ਸਕਦੇ ਨੇ। ਉਹਨਾਂ ਨੂੰ ਕਿਸੇ ਹੋਰ ਐਕਸਟਰਾ ਪਰਮਿਟ ਦੀ ਜਿਹੜੀ ਹੈਗੀ ਇਹਨਾਂ 2 ਦਿਨਾਂ ਦੇ ਵਾਸਤੇ ਲੋੜ ਨਹੀਂ ਪਵੇਗੀ। ਉਹ ਆਪਣੇ ਆਈਡੀ ਕਾਰਡ ਦੇ ਨਾਲ ਬੈਂਕ ਆਪਣੇ ਜਿਹੜੇ ਨਿਰਧਾਰਿਤ ਟਾਈਮ ਹੁੰਦਾ ਹੈ, ਜਿਹੜਾ ਆਫਿਸ਼ੀਅਲ ਉਹਨਾਂ ਦਾ ਟਾਈਮ ਹੈਗਾ, ਉਸ ਆਫਿਸ਼ੀਅਲ ਟਾਈਮ ਦੇ ਉੱਤੇ ਆਪਣੀ ਕਾਰਗੁਜ਼ਾਰੀ ਜਿਹੜੀ ਹੈਗੀ ਕਰ ਸਕਦੇ ਨੇ। ਇੱਕ ਅੱਜ ਗਵਰਨਮੈਂਟ ਵੱਲੋਂ ਇਹ ਫੈਸਲਾ ਲਿਆ ਗਿਆ ਹੈਗਾ ਕਿ ਕੁਛ ਇੱਕ ਫੈਸਿਲਿਟੀਆਂ ਇਹੋ ਜਿਹੀ ਹੈਗੀਆਂ ਜਿੱਥੇ ਕਿ ਕਾਫੀ ਲੇਬਰ ਜਿਹੜੀ ਹੈਗੀ ਉੱਥੇ ਫੈਸਿਲਿਟੀਆਂ ਦੇ ਅੰਦਰ ਹੀ ਰਹਿ ਸਕਦੀ ਹੈ ਔਰ ਉੱਥੇ ਹੀ ਕੰਮ ਕਰ ਸਕਦੀ ਹੈ, ਜਿਵੇਂ ਕਿ ਇੱਟਾਂ ਦੇ ਪੱਟੇ ਹੋ ਗਏ ਅਤੇ ਨਾਲ ਹੀ ਕੁਛ ਇੰਡਸਟਰੀਆਂ ਹੋ ਗਈ ਜਿੱਥੇ ਕਿ ਇੰਡਸਟਰੀ ਜਿਹੜੀ ਹੈਗੀ ਉਹਦੇ ਵਿੱਚ ਹੀ ਲੇਬਰ ਰਹਿੰਦੀ ਹੈ ਔਰ ਕੰਮ ਕਰਦੀ ਹੈ। ਤਾਂ ਇਹੋ ਜਿਹੀ ਇੰਡਸਟਰੀ ਜਿਹੜੀ ਹੈਗੀ ਉਹਨਾਂ ਤੋਂ ਐਪਲੀਕੇਸ਼ਨ ਲੈ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਚੈੱਕ ਕਰਕੇ ਕਿ ਉਹ ਸਾਰੀ ਇੰਡਸਟਰੀਆਂ ਜਿਹੜੀਆਂ ਹੈਗੀਆਂ ਉਹ ਇਹੋ ਜਿਹੀ ਹੈਗੀਆਂ ਜਾਂ ਨਹੀਂ ਹੈਗੀਆਂ ਜਿੱਥੇ ਕਿ ਸਾਰੀ ਫੈਸਿਲਿਟੀਆਂ ਲੇਬਰ ਨੂੰ ਮਿਲ ਸਕਣ, ਖਾਣਾ ਪੀਣਾ ਰਹਿਣਾ ਸੋਣਾ ਵਾਸ਼ਰੂਮਸ ਐਕਸੈਟਰਾ। ਜੇ ਇਸ ਤਰ੍ਹਾਂ ਦੀ ਕੋਈ ਵੀ ਇੰਡਸਟਰੀ ਸਾਨੂੰ ਐਪਲਾਈ ਕਰਦੀ ਹੈ ਕਿ ਸਾਡੇ ਕੋਲ ਸਾਰੀ ਫੈਸਿਲਿਟੀਆਂ ਅਵੇਲੇਬਲ ਹੈਗੀਆਂ, ਅਸੀਂ 24/7 ਵਰਕਰਸ ਨੂੰ ਆਪਣੇ ਕੋਲ ਹੀ ਰੱਖਾਂਗੇ, ਉਹਨਾਂ ਨੂੰ ਸਾਰੀ ਫੈਸਿਲਿਟੀ ਜਿਹੜੀ ਹੈਗੀ ਪ੍ਰੋਵਾਈਡ ਕਰਾਂਗੇ, ਉਹਨਾਂ ਦੇ ਹੈਲਥ ਐਗਜ਼ਾਮੀਨੇਸ਼ਨਸ ਵਗੈਰਾ ਵੀ ਕਰਵਾਵਾਂਗੇ। ਜੇ ਉਹ ਸਾਰੀ ਦੀ ਸਾਰੀ ਸ਼ਰਤਾਂ ਗਵਰਨਮੈਂਟ ਦੀਆਂ ਫੁਲਫਿਲ ਕਰਦੀਆਂ ਹਨ ਤਾਂ ਅਸੀਂ ਉਹਨਾਂ ਨੂੰ ਪਰਮਿਸ਼ਨ ਜਿਹੜੀ ਹੈਗੀ ਖੋਲ੍ਹਣ ਵਾਸਤੇ ਦੇ ਸਕਦੇ ਹਾਂ। ਸਿਮਿਲਰਲੀ ਬ੍ਰਿਕ ਕਿਲਨ ਦੇ ਵਾਸਤੇ ਕਿ ਜੇ ਉਹ ਸਾਰੇ ਦੇ ਸਾਰੇ ਲੇਬਰ ਨੂੰ ਕਿਸੇ ਵੀ ਤਰ੍ਹਾਂ ਦੀ ਮੂਵਮੈਂਟ ਜਿਹੜੀ ਹੈਗੀ ਆਪਣੇ ਬ੍ਰਿਕ ਕਿਲਨ ਦੇ ਏਰੀਆ ਤੋਂ ਬਾਹਰ ਨਹੀਂ ਕਰਦੇ ਹਾਂ ਔਰ ਸਾਰੇ ਦੇ ਸਾਰੇ ਪ੍ਰੋਟੋਕੋਲਸ ਜਿਹੜੇ ਹੈਗੇ ਉਹਨਾਂ ਨੂੰ ਫੋਲੋ ਕਰਦੇ ਹਨ ਤਾਂ ਉਹ ਇੱਟ ਦੇ ਬੱਟਿਆਂ ਨੂੰ ਵੀ ਪਰਮਿਸ਼ਨ ਜਿਹੜੀ ਹੈਗੀ ਉਹ ਦਿੱਤੀ ਜਾ ਸਕਦੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੇ ਨੀਡੀ ਬੰਦੇ ਹੈਗੇ ਉਹਨਾਂ ਦੇ ਵਾਸਤੇ ਡਰਾਈ ਰਾਸ਼ਨ ਦੀ ਵੀ ਸਪਲਾਈ ਕੀਤੀ ਜਾ ਰਹੀ ਹੈ, ਫੂਡ ਸਪਲਾਈ ਵੀ ਕੀਤੀ ਜਾ ਰਹੀ ਹੈ। ਤਕਰੀਬਨ 61,000 ਬੰਦਿਆਂ ਨੂੰ ਅੱਜ ਹਾਲੇ ਤੱਕ ਅਸੀਂ ਲੰਚ ਪੈਕਟ ਜਿਹੜੇ ਸੀਗੇ ਉਹ ਪ੍ਰੋਵਾਈਡ ਕਰਾ ਚੁੱਕੇ ਹਾਂ। ਰਾਸ਼ਨ ਦੀ ਵੀ ਸਪਲਾਈ ਜਿਹੜੀ ਹੈਗੀ ਤਕਰੀਬਨ 9,000 ਬੰਦਿਆਂ ਨੂੰ ਅੱਜ ਅਸੀਂ ਕਰਾਈ ਹੈਗੀ। ਇਹਦੇ ਨਾਲ ਹੀ ਮੈਂ ਇੱਕ ਰਿਕੁਐਸਟ ਵੀ ਕਰਨਾ ਚਾਹਾਂਗਾ ਕਿ ਸਾਡੇ ਕੋਲ ਕਈ ਸਾਰੀ ਫੇਕ ਡਿਮਾਂਡਸ ਵੀ ਜਿਹੜੀਆਂ ਹੈਗੀਆਂ ਉਹ ਆ ਰਹੀਆਂ ਹਨ। ਕਈ ਸਾਰੀ ਥਾਵਾਂ ਤੋਂ ਅਸੀਂ ਬਾਅਦ 'ਚ ਜਾ ਕੇ ਚੈੱਕ ਕਰਦੇ ਹਾਂ ਕਿ ਵੈਰੀਫਾਈ ਕਰਦੇ ਹਾਂ ਤਾਂ ਉੱਥੇ ਪਾਉਂਦੇ ਹਾਂ ਕਿ ਬੰਦੇ ਜਿਹੜੇ ਹੈਗੇ ਉਹਨਾਂ ਦੇ ਕੋਲ ਸਫੀਸ਼ੀਐਂਟ ਮਾਤਰਾ ਦੇ ਵਿੱਚ ਰਾਸ਼ਨ ਜਾਂ ਹੋਰ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਅਵੇਲੇਬਲ ਹੈਗੀਆਂ। ਮੇਰੀ ਰਿਕੁਐਸਟ ਹੈਗੀ ਕਿ ਇਸ ਤਰ੍ਹਾਂ ਦੇ ਕੋਈ ਵੀ ਫੇਕ ਕਾਲਸ ਜਾਂ ਇਸ ਤਰ੍ਹਾਂ ਦੇ ਜ਼ਬਰਦਸਤੀ ਦੀ ਡਿਮਾਂਡ ਜਿਹੜੀ ਹੈਗੀ ਉਹ ਨਾ ਕੀਤੀ ਜਾਵੇ, ਕਿਉਂਕਿ ਜਿਹੜੇ ਨੀਡੀ ਐਕਚੁਅਲ ਨੀਡੀ ਬੰਦੇ ਹੈਗੇ ਉਹਨਾਂ ਦਾ ਹੱਕ ਮਾਰਦੇ ਹੋਏ ਔਰ ਜੇ ਤੁਹਾਡੇ ਕੋਲ ਸਾਮਾਨ ਹੈਗਾ ਤਾਂ ਉਹ ਕਰਨਾ ਬਿਲਕੁਲ ਠੀਕ ਨਹੀਂ ਹੈ ਔਰ ਅਸੀਂ ਇਸ ਚੀਜ਼ ਨੂੰ ਕਾਫੀ ਸਖਤੀ ਨਾਲ ਲਵਾਂਗੇ ਔਰ ਅਸੀਂ ਉਹਨਾਂ ਬੰਦਿਆਂ ਦੇ ਖਿਲਾਫ਼ ਕਾਰਵਾਈ ਵੀ ਕਰ ਸਕਦੇ ਹਾਂ ਜੇ ਅੱਗੇ ਤੋਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਫੇਕ ਕਾਲ ਜਾਂ ਬੋਗਸ ਡਿਮਾਂਡ ਜਿਹੜੀ ਹੈਗੀ ਉਹ ਪ੍ਰਾਪਤ ਹੁੰਦੀ ਹੈ।
ਇਸ ਤੋਂ ਇਲਾਵਾ ਕੁਛ ਲੇਬਰਸ ਦੇ ਵਾਸਤੇ ਗਵਰਨਮੈਂਟ ਵੱਲੋਂ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈਗੀ ਸਾਰੇ ਇੰਡਸਟਰੀਲਿਸਟਾਂ ਨੂੰ ਕਿ ਉਹਨਾਂ ਨੂੰ ਉਹਨਾਂ ਦੀ ਸਰਵਿਸਿਜ਼ ਵਗੈਰਾ ਟਰਮੀਨੇਟ ਨਾ ਕੀਤੀਆਂ ਜਾਣ, ਉਹਨਾਂ ਦੇ ਵੇਜਿਸ ਵਗੈਰਾ ਜਿਹੜੇ ਹੈਗੇ, ਉਹਨਾਂ ਦੀ ਪੇਮੈਂਟ ਦੇ ਬਾਰੇ ਬਾਬਤ ਉਹ ਗਵਰਨਮੈਂਟ ਦੀ ਐਡਵਾਈਜ਼ਰੀ ਜਿਹੜੀ ਹੈਗੀ ਅਸੀਂ ਸਾਰੇ ਦੇ ਸਾਰੇ ਇੰਡਸਟਰੀਅਲਿਸਟਾਂ ਨੂੰ ਭੇਜ ਰਹੇ ਹਾਂ ਜਿਸ ਤੋਂ ਕਿ ਉਹਨਾਂ ਨੂੰ ਉਹਨਾਂ ਦੀ ਪਾਲਣਾ ਕਰ ਸਕਣ। ਇਸ ਤੋਂ ਇਲਾਵਾ ਜਿਹੜੇ ਵਿਹੜੇ ਓਨਰਸ ਹੈਗੇ ਉਹਨਾਂ ਨੂੰ ਵੀ ਅਸੀਂ ਇੱਕ ਹੁਕਮ ਕੀਤਾ ਹੈਗਾ ਕਿ ਜਿਹੜੇ ਵਿਹੜੇ ਦੇ ਵਿੱਚ ਬੰਦੇ ਰਹਿੰਦੇ ਹੈ ਇਹ ਸਿਚੁਏਸ਼ਨ ਦੇਖਦੇ ਹੋਏ, ਸਰਕਮਸਟਾਂਸਿਸ ਨੂੰ ਵੇਖਦੇ ਹੋਏ ਕਿ ਪੈਸਿਆਂ ਦੀ ਘਾਟ ਲੇਬਰ ਦੇ ਕੋਲ ਹੋ ਸਕਦੀ ਹੈ, ਮਾਈਗ੍ਰੈਂਟ ਲੇਬਰ ਦੇ ਕੋਲ ਹੋ ਸਕਦੀ ਹੈ, ਤਾਂ ਇੱਕ ਮਹੀਨੇ ਦਾ ਜਿਹੜਾ ਕਮਿੰਗ ਮੰਥ ਦਾ ਜਿਹੜਾ ਰੈਂਟ ਹੈਗਾ ਉਸਨੂੰ ਉਹ ਅੱਗੇ ਵਾਸਤੇ ਪੋਸਟਪੋਨ ਕਰ ਲੈਣ। ਤਾਂ ਇਹ ਐਫਰਟਸ ਜਿਹੜੇ ਹੈਗੇ ਉਹ ਲਗਾਤਾਰ ਜਾਰੀ ਨੇ ਔਰ ਅੱਜ ਮੈਨੂੰ ਇਹ ਵੀ ਕਹਿਣ 'ਚ ਕੋਈ ਕਨਫਿਊਜ਼ਨ ਨਹੀਂ ਹੈਗਾ ਜਾਂ ਕੋਈ ਡਾਊਟ ਹੈਗਾ ਨਹੀਂ ਹੈਗਾ ਕਿ ਅੱਜ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਫੀਲਡ ਤੋਂ ਆ ਰਹੀ ਹੈ ਉਸਦੇ ਮੁਤਾਬਕ ਕਾਫੀ ਹੱਦ ਤੱਕ ਲੋਕਾਂ ਦੀ ਸਪਲਾਈ ਚੇਨ ਜਿਹੜੀ ਸੀ ਕਿ ਉਹ ਬਹਾਲ ਹੋ ਗਈ ਹੈ, ਲੋਕਾਂ ਨੂੰ ਰਾਸ਼ਨ ਵੀ ਜਿਹੜਾ ਹੈਗਾ ਉਹ ਹੋਮ ਡਿਲੀਵਰੀਆਂ ਹੋ ਰਹੀਆਂ ਨੇ ਲੋਕਾਂ ਤੱਕ, ਰਾਸ਼ਨ ਜਿਹੜਾ ਹੈਗਾ ਉਹ ਪਹੁੰਚ ਰਿਹਾ ਹੈ, ਮੈਡੀਕਲ ਸਰਵਿਸਿਜ਼ ਵੀ ਮੈਡੀਸਿਨਸ ਵਗੈਰਾ ਵੀ ਜਿਹੜੀਆਂ ਹੈਗੀਆਂ ਪਹੁੰਚ ਰਹੀਆਂ ਨੇ, ਦੁੱਧ ਵਗੈਰਾ ਵੀ ਜਿਹੜਾ ਹੈਗਾ ਉਹ ਪਹੁੰਚ ਰਿਹਾ, ਤਾਂ ਬੇਸਿਕ ਐਮਿਨਿਟੀਜ਼ ਜਿਹੜੀਆਂ ਸੀਗੀਆਂ, ਬੇਸਿਕ ਸਰਵਿਸਿਜ਼ ਜਿਹੜੀਆਂ ਸੀਗੀਆਂ ਉਹ ਲੋਕਾਂ ਨੂੰ ਮਿਲ ਰਹੀਆਂ। ਦੇਖੀਏ ਇਹ ਚੀਜ਼ ਜੋ ਹੋਤੀ ਹੈ ਉਨ ਲੋਕੋ ਕੇ ਲੀਏ ਹੋਤੀ ਹੈ ਜੋ ਨੀਡੀ ਹੋਤੇ ਹੈ, ਤੋ ਵੀ ਆਲ ਨੋ ਕਿ ਜਿਨ ਲੋਕੋ ਕੇ ਪਾਸ ਐਕਚੁਅਲੀ ਪੇ ਕਰਨੇ ਕੇ ਲੀਏ ਨਹੀਂ ਹੈ, ਮਾਈਗ੍ਰੈਂਟ ਲੇਬਰਸ ਵਗੈਰਾ ਹੈ, ਇਹ ਉਹਨਾਂ ਦੇ ਵਾਸਤੇ ਆਰਡਰ ਕੀਤਾ ਹੈਗਾ। ਜੈਸੇ ਆਪਣੇ ਕੋਲ ਸਰ ਬੈਂਕ ਦੋ ਦਿਨ ਖੁੱਲੇਗਾ, ਤੋ ਉਸ ਵਿੱਚ ਸਿਰਫ ਬੈਂਕ ਹੀ ਖੁੱਲੇਗਾ ਕਿ ਫਾਈਨੈਂਸ ਕੰਪਨੀ ਔਰ ਜੋ ਇੰਸ਼ੋਰੈਂਸ ਕੰਪਨੀ ਹੈ ਉਹ ਵੀ ਖੁੱਲ ਸਕਦੀ ਹੈ? ਦੇਖੀਏ ਇਹ ਜਿਹੜੀ ਸਰਵਿਸਿਜ਼ ਦਿੱਤੀ ਗਈ ਹੈ 30 and 31st ਕੀ, ਇਹ ਵੀ ਆਲ ਨੋ ਕਿ ਆਪਣਾ ਜੋ ਫਾਈਨੈਂਸ਼ੀਅਲ ਈਅਰ ਕਲੋਜ਼ਰਸ ਵਗੈਰਾ ਹੋਤੇ ਹੈ ਉਸਮੇ ਬਹੁਤ ਸਾਰੇ ਟ੍ਰਾਂਜੈਕਸ਼ਨਸ ਹੋਤੇ ਹੈ, ਬਹੁਤ ਸਾਰੀ ਚੀਜ਼ਾਂ ਹੋਤੀ ਹੈ, ਉਹ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਉਹ ਬੈਂਕਾਂ ਦੇ ਵਾਸਤੇ ਐਸੈਂਸ਼ੀਅਲ ਸਰਵਿਸਿਜ਼ ਹੈਗੀਆਂ, ਇਸ ਕਰਕੇ ਉਹ ਦੋ ਦਿਨ ਵਾਸਤੇ ਬੈਂਕਾਂ ਨੂੰ ਅਸੀਂ ਅਲਾਊ ਕੀਤਾ, ਬਾਕੀ ਕਿਸੇ ਹੋਰ ਇੰਸਟੀਟਿਊਸ਼ਨ ਨੂੰ ਅਸੀਂ ਅਲਾਊ ਨਹੀਂ ਕੀਤਾ ਹੈਗਾ ਇਹਦੇ ਵਿੱਚ।